ਮੋਗਾ ਪੁਲਿਸ ਨੇ ਤਾਰੇ ਵਾਲਾ ਪਿੰਡ ਦੇ NRI ਬਜ਼ੁਰਗ ਦੇ ਅੰਨੇ ਕਤਲ ਦੀ ਗੁੱਥੀ ਸੁਲਝਾਉਂਦਿਆਂ ਤਿੰਨ ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ SPI ਵਜੀਰ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਦੱਸਿਆ ਕਿ NRI ਬਜ਼ੁਰਗ ਗੁਰਚਰਨ ਸਿੰਘ ਆਪਣੇ ਘਰ ਆਪਣੀ ਪਤਨੀ ਬਲਜੀਤ ਕੌਰ ਨਾਲ ਸੁੱਤਾ ਪਿਆ ਸੀ। ਕੁਝ ਅਣਪਛਾਤੇ ਵਿਅਕਤੀਆਂ ਨੇ ਘਰ ਵਿੱਚ ਦਾਖਲ ਹੋ ਕੇ ਲੁੱਟਮਾਰ ਦੀ ਨੀਅਤ ਨਾਲ ਗੁਰਬਚਨ ਸਿੰਘ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਸੀ। 23/7/17 ਨੂੰ ਇੱਕ ਕਤਲ ਹੋਇਆ ਸੀ ਤਾਰੇਵਾਲ। ਲੁੱਟ ਖੋਹ ਕਰਨ ਦੇ ਇਰਾਦੇ ਨਾਲ ਬੰਦਿਆਂ ਨੇ ਘਰ ਦੇ ਵਿੱਚ ਐਂਟਰ ਕਰਕੇ ਇੱਕ ਗੁਰਚਰਨ ਸਿੰਘ ਨਾਂ ਦੇ ਬੰਦੇ ਦਾ ਉਹਨੂੰ ਕਤਲ ਕਰਤਾ ਸੀ ਔਰ ਉਹਦੀ ਘਰ ਵਾਲੀ ਜਿਹੜੀ ਵਾਈਫ ਆ ਉਹਨੂੰ ਇੰਜਰਡ ਕੀਤਾ ਸੀਗਾ। ਔਰ ਇਹ 460 ਦੇ ਵਿੱਚ 369 460 ਦੇ ਵਿੱਚ ਕੇਸ ਰਜਿਸਟਰ ਹੋਇਆ ਸੀ। ਔਰ ਇਹਦੇ ਸੰਬੰਧ ਦੇ ਵਿੱਚ ਵੱਖ ਵੱਖ ਅਸੀਂ ਟੀਮਾਂ ਬਣਾ ਕੇ ਕਾਫੀ ਗੰਭੀਰਤਾ ਨਾਲ ਡੂੰਘਾਈ ਨਾਲ ਜਿਹੜੀ ਇਨਵੈਸਟੀਗੇਸ਼ਨ ਕੀਤੀ, ਜਿਹਦੇ ਵਿੱਚ CA ਸਟਾਫ ਦੇ ਦਾ ਮੇਨ ਰੋਲ ਸੀਗਾ। ਸੋ ਇਸ ਕੜੀ ਦੇ ਵਿੱਚ ਸਾਨੂੰ ਕਾਫੀ ਡੂੰਘਾਈ ਨਾਲ ਸਾਇੰਟੀਫਿਕ ਤਰੀਕੇ ਨਾਲ ਜਦੋਂ ਅਸੀਂ ਪੜਤਾਲ ਕੀਤੀ ਤਾਂ ਅਸੀਂ ਇਹਨੂੰ ਬ੍ਰੇਕ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ। ਇਹਦੇ ਵਿੱਚ 3 ਮੁਲਜ਼ਮ ਜਿਹੜੇ ਨੇ ਅਸੀਂ ਅਰੈਸਟ ਕੀਤੇ ਨੇ। ਸੋ ਇਹਦਾ ਮਾਸਟਰ ਮਾਈਂਡ ਮੇਨ ਜਿਹੜਾ ਕੁਲਵਿੰਦਰ ਸਿੰਘ ਸੋਨੀ ਹੈ, ਜਿਹੜਾ ਕਿ ਤਾਰੇ ਵਾਲੇ ਪਿੰਡ ਦਾ ਹੀ ਰਹਿਣ ਵਾਲਾ, ਉਹ ਆਲਰੇਡੀ ਜੇਲ੍ਹ ਦੇ ਵਿੱਚ ਹੈਗਾ ਹੋਰ ਕੇਸਿਸ ਦੇ ਵਿੱਚ। ਉਹਨੂੰ ਵੀ ਅਸੀਂ ਪ੍ਰੋਡਕਸ਼ਨਮੈਂਟ 'ਤੇ ਲੈ ਰਹੇ ਹਾਂ, ਕੱਲ੍ਹ ਨੂੰ ਲੈ ਕੇ ਆਵਾਂਗੇ। ਔਰ ਇਹ ਬੰਦਿਆਂ ਨੂੰ ਅਰੈਸਟ ਕਰਕੇ ਸਾਨੂੰ ਸਾਰੀ ਜਿਹੜੀ ਇਹ ਗੁੱਥੀ ਸੁਲਝੀ ਵੀ ਇਹ ਇਹਨਾਂ ਨੇ ਇੱਕ ਪਲੈਨ ਕੀਤਾ ਸੀ ਉੱਥੇ ਘਰ ਦੇ ਵਿੱਚੋਂ ਲੁੱਟ ਖੋ ਕਰ ਲੁੱਟ ਸਮਾਨ ਜਿਹੜਾ ਚੋਰੀ ਕਰਨ ਲਈ, ਔਰ ਉਸ ਇਰਾਦੇ ਨਾਲ ਜਾ ਕੇ ਇਹਨਾਂ ਨੇ ਉਸ ਗੁਰਚਰਨ ਸਿੰਘ ਨੂੰ ਕਤਲ ਕਰ ਦਿੱਤਾ ਸੀ। ਸਰ ਇਹ ਬਾਕੀ ਦਿਨ ਕਹਾਂ ਕੇ ਰਹਿਣ ਵਾਲੇ ਇਹਨਾਂ ਦੇ ਪੇਰੈਂਟਸ ਦੇ ਪਿੱਛੋਂ ਪੁਰਾਣੇ UP ਦੇ ਰਹਿਣ ਵਾਲੇ, ਲੇਕਿਨ ਇਹ ਬਰੋਟਅਪ ਇੱਥੇ ਹੀ ਹੋਏ ਨੇ, ਇੱਥੇ ਪੜ੍ਹੇ ਨੇ, ਮੋਗੇ ਦੇ ਵਿੱਚ ਹੀ ਲੋਕਲ ਰਹਿੰਦੇ ਨੇ। ਇਹ ਦਾਤੀ ਨਾਲ, ਦਾਤੀ ਦੇ ਨਾਲ ਗਲਾ ਜਿਹੜਾ ਕੱਟਿਆ ਸੀਗਾ। ਸਰ ਉਸਦੇ ਘਰ ਪੇ ਕੈਸੇ ਪਹੁੰਚੇ, ਵਹਾਂ ਪੇ ਮੌਕਾ ਦੇਖਾ ਥਾ ਕਿ ਕਾਫੀ ਬਾਹਰੋਂ ਦੀਵਾਰ ਤੋਂ ਚੜ੍ਹ ਕੇ ਉੱਪਰ ਛੱਤ ਦੇ ਉੱਤੇ ਚੜ੍ਹੇ ਸੀਗੇ। ਛੱਤ ਦੇ ਉੱਤੇ ਚੜ੍ਹ ਕੇ ਇਹਨਾਂ ਨੇ ਇੱਕ ਬਾਰੀ ਜਿਹੜੀ ਆ ਉਹਦੇ ਵਿੱਚ ਸਕਿਊ ਲੱਗੇ ਹੋਏ ਸੀ, ਉਹਨੂੰ ਖੋਲ੍ਹ ਕੇ ਉਹ ਬਾਰੀ ਨੂੰ ਪੱਟ ਕੇ ਉੱਤੋਂ ਦੀ ਐਂਟਰ ਕੀਤੇ ਸੀ ਚਵਾਰੇ ਦੇ ਵਿੱਚ, ਉੱਥੇ ਪੌੜੀਆਂ ਦੇ ਵਿੱਚ ਬਣਿਆ ਹੁੰਦਾ। ਸਰ ਤੁਸੀਂ ਲੁੱਟ ਖੋਹ ਦੀ ਗੱਲ ਕੀਤੀ, ਕਿੰਨੀ ਲੁੱਟ ਖੋਹ ਕਿੰਨੀ ਹੋਈ ਸੀਗੀ? ਇਹਦੇ ਵਿੱਚ ਤਕਰੀਬਨ 35,000 ਰੁਪਏ ਨਗਦ ਸੀਗੇ, 8 ਤੋਲੇ ਸੋਨਾ ਸੀਗਾ ਤੇ ਇੱਕ ਡਾਲਰ ਸੀਗੇ ਕੋਈ। ਮੋਗਾ ਤੋਂ ਜਾਗਰਤੀ ਲਹਿਰ ਦੇ ਲਈ ਕੈਮਰਾਮੈਨ ਨਵੀਨ ਸਿੰਗਲਾ ਦੇ ਨਾਲ ਲਛਮਣਜੀਤ ਸਿੰਘ ਪੁਰਬਾ ਦੀ ਰਿਪੋਰਟ।